ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਤੇ ਭਾਰੂ ਹੋਇਆ। ਉਸ ਖਾਲਸੇ ਦਾ ਜਨਮ ਇਸੇ ਪਵਿੱਤਰ ਅਸਥਾਨ ਤੇ ਹੋਇਆ। ਇਹ ਉਹ ਧਰਤੀ ਹੈ ਜਿਹੜੀ ਸਦਾ ਹੀ ਜਗਮਗਾਉਂਦੀ ਹੈ। ਕਿਵੇਂ ਕੱਲਾ ਕੱਲਾ ਸਿੰਘ ਪੰਜ ਪੰਜ ਛੇ ਛੇ ਘੋੜਿਆਂ ਤੇ ਸਵਾਰ ਗੱਜਦਾ ਨਜ਼ਰ ਆਏਗਾ। ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਹੋਲਾ ਮੁਹੱਲਾ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਅੱਜ ਦੂਜਾ ਦਿਨ ਬੀਤ ਗਿਆ, ਤਿੰਨ ਦਿਨ ਦਾ ਸਮਾਗਮ ਹੈ ਤੇ ਦੂਜੀ ਰਾਤ ਸ਼ੁਰੂ ਹੋਣ ਲੱਗੀ ਆ। ਤੁਹਾਨੂੰ ਪਹਿਲਾਂ ਦਰਸ਼ਨ ਕਰਵਾ ਦਈਏ ਕਿ ਇੱਥੇ ਇਸ ਵੇਲੇ ਮਾਹੌਲ ਕੀ ਆ। ਸਭ ਤੋਂ ਪਹਿਲਾਂ ਦਰਸ਼ਨ ਕਰੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਹ ਪਵਿੱਤਰ ਸਥਾਨ ਜਿੱਥੇ ਦਸਮ ਪਿਤਾ ਬਾਜਾਂ ਵਾਲੇ, ਦਸ਼ਮੇਸ਼ ਪਿਤਾ ਕਲਗੀਧਰ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਇੱਕ ਨਿਰਾਲਾ ਪੰਥ ਸਾਜਿਆ ਜਿਸ ਦੀਆਂ ਧੁੰਮਾਂ ਦੁਨੀਆ ਭਰ ਦੇ ਵਿੱਚ ਪਈਆਂ। ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਤੇ ਭਾਰੂ ਹੋਇਆ। ਉਸ ਖਾਲਸੇ ਦਾ ਜਨਮ ਇਸੇ ਪਵਿੱਤਰ ਅਸਥਾਨ ਤੇ ਹੋਇਆ ਤੇ ਤੁਸੀਂ ਦੇਖ ਸਕਦੇ ਹਾਂ ਕਿਵੇਂ ਜਗਮਗ ਜਗਮਗ ਕਰਦੀਆਂ ਨੇ ਲਾਈਟਾਂ, ਕਿਵੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਗਮਗ ਹੋ ਰਹੀ ਹੈ, ਕਿਵੇਂ ਖੂਬਸੂਰਤ ਲਾਈਟਾਂ ਦੇ ਨਾਲ ਜਗਮਗਾ ਰਿਹਾ ਤਖ਼ਤ ਸਾਹਿਬ। ਹਾਲਾਂਕਿ ਇਹ ਉਹ ਧਰਤੀ ਹੈ ਜਿਹੜੀ ਸਦਾ ਹੀ ਜਗਮਗਾਉਂਦੀ ਹੈ, ਪਰ ਇਹ ਹੋਲੇ ਮਹੱਲੇ ਮੌਕੇ ਦੀ ਸਜਾਵਟ ਹੈ। ਖੂਬਸੂਰਤ ਤਸਵੀਰਾਂ ਨੇ ਜਿੱਥੇ ਸੰਗਤਾਂ ਲੱਖਾਂ ਦੀ ਗਿਣਤੀ 'ਚ ਪਹੁੰਚਦੀਆਂ ਨੇ ਇਸ ਪਵਿੱਤਰ ਅਸਥਾਨ ਤੇ ਦਰਸ਼ਨ ਕਰਨ ਦੇ ਲਈ, ਔਰ ਸੰਗਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇੱਥੇ ਪਹੁੰਚਦੀਆਂ ਨੇ। ਦਿਨ ਹੋਵੇ ਰਾਤ ਹੋਵੇ, ਸੰਗਤਾਂ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ। ਹਨੇਰਾ ਹੋ ਚੁੱਕਿਆ, ਰਾਤ ਪੈ ਚੁੱਕੀ ਹੈ, ਪਰ ਤੁਸੀਂ ਦੇਖੋ ਸੰਗਤਾਂ ਦਾ ਜੋਸ਼ ਦੇਖੋ, ਲੱਗਦੇ ਜੈਕਾਰੇ ਵੇਖੋ। ਦੁਨੀਆ ਭਰ ਦੇ ਵਿੱਚੋਂ ਸੰਗਤ ਇੱਥੇ ਪਹੁੰਚ ਰਹੀ ਹੈ, ਹਰ ਕੋਈ ਇੱਥੇ ਗੁਰੂ ਦੇ ਦਰ ਤੇ ਨਤਮਸਤਕ ਹੋਣਾ ਚਾਹੁੰਦਾ ਹੈ, ਹੋਲੇ ਮੁਹੱਲੇ ਦੀਆਂ ਰੌਣਕਾਂ ਦਾ ਹਿੱਸਾ ਬਣਨਾ ਚਾਹੁੰਦਾ ਹੈ। ਹਰ ਉਮਰ ਵਰਗ ਦੇ, ਦੁਨੀਆ ਦੇ ਹਰ ਕੋਨੇ ਤੋਂ ਹਰ ਇੱਕ ਵਿਅਕਤੀ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ, ਵੱਖ ਵੱਖ ਧਰਮਾਂ ਨਾਲ ਜੁੜੇ ਹੋਏ। ਔਰ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਹਰ ਧਰਮ ਨਾਲ ਜੁੜਿਆ ਵਿਅਕਤੀ ਸ਼ਖਸ ਨਤਮਸਤਕ ਹੋਣ ਆਉਂਦਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਉਂਦਾ। ਔਰ ਕੱਲ੍ਹ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਮਹੱਲਾ ਕੱਢਣਗੇ, ਕੱਲ੍ਹ ਵੀ ਵੇਖਣ ਵਾਲਾ ਹੋਵੇਗਾ ਸਿੰਘਾਂ ਦਾ ਜਾਹੋ ਜਲਾਲ, ਜੋਸ਼ ਸਿੰਘਾਂ ਦਾ ਵੇਖਣ ਵਾਲਾ ਹੋਵੇਗਾ। ਔਰ ਉਹ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕਿਵੇਂ ਖਾਲਸਾਈ ਜਾਹੋ ਜਲਾਲ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ, ਕਿਵੇਂ ਸਿੰਘਾਂ ਦੇ ਜੰਗਜੂ ਕਰਤੱਵ ਤੁਹਾਨੂੰ ਦੇਖਣ ਨੂੰ ਮਿਲਣਗੇ, ਕਿਵੇਂ ਕੱਲਾ ਕੱਲਾ ਸਿੰਘ ਪੰਜ ਪੰਜ ਛੇ ਛੇ ਘੋੜਿਆਂ ਤੇ ਸਵਾਰ ਗੱਜਦਾ ਨਜ਼ਰ ਆਏਗਾ। ਮੈਦਾਨ ਏ ਜੰਗ ਦੇ ਤਰ੍ਹਾਂ ਉਹ ਮਾਹੌਲ ਜਿਵੇਂ ਗੁਰੂ ਦੇ ਸਿੰਘ ਉਸ ਵੇਲੇ ਗੁਰੂ ਸਾਹਿਬ ਦੇ ਸਮੇਂ ਦੁਸ਼ਮਣ ਦੇ ਨਾਲ, ਮੁਗਲਾਂ ਦੇ ਨਾਲ ਟਾਕਰਾ ਲੈਂਦੇ ਸੀ, ਉਸੇ ਤਰ੍ਹਾਂ ਦਾ ਮਾਹੌਲ ਤੁਹਾਨੂੰ ਕੱਲ੍ਹ ਨਜ਼ਰ ਆਏਗਾ। ਉਸੇ ਤਰ੍ਹਾਂ ਦੇ ਜੰਗਜੂ ਕਰਤੱਵ ਗੁਰੂ ਦੇ ਸਿੰਘ, ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਤੁਹਾਨੂੰ ਦਿਖਾਉਣਗੀਆਂ। ਉਹ ਸਮਾਂ ਤੁਹਾਨੂੰ ਯਾਦ ਆਏਗਾ ਕਿ ਕਿਵੇਂ ਸਿੰਘ ਉਸ ਵੇਲੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਦੇ ਸੀ, ਕਿਵੇਂ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਗਰਜਦੇ ਜਾਂਦੇ ਸੀ, ਤੇ ਕਿਸ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਤੇ ਭਾਰੂ ਪੈਂਦਾ ਸੀ। ਉਹ ਦ੍ਰਿਸ਼, ਉਹ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤਾਂ ਗੁਰੂ ਦੇ ਬਖਸ਼ੇ ਬਾਣੇ ਦੇ ਵਿੱਚ ਤੁਸੀਂ ਸਜੇ ਸਿੰਘ ਦੇਖ ਰਹੇ ਹੋ, ਇੱਥੇ ਦੁਨੀਆ ਭਰ ਦੇ ਵਿੱਚੋਂ ਸੰਗਤ ਪਹੁੰਚ ਰਹੀ ਹੈ। ਬਾਈ ਜੀ ਤੁਸੀਂ ਕਿੱਥੋਂ ਆਏ ਹੋ? ਮੈਂ ਮੋਗੇ ਜ਼ਿਲ੍ਹੇ ਤੋਂ ਆਇਆ, ਮਾਣੂ ਕੇ ਗਿੱਲ ਪਿੰਡ ਹੈ ਜੀ।
ਅੱਛਾ ਹਰ ਸਾਲ ਆਉਂਦੇ ਹੋ? ਨਹੀਂ ਦੋ ਵਾਰੀ ਆਇਆ ਜੀ ਮੈਂ ਡਿਊਟੀ ਦੌਰਾਨ, ਕਿਤੇ ਟਾਈਮ ਘੱਟ ਮਿਲਦਾ ਸੀਗਾ। ਅੱਛਾ ਨਾਲੇ ਡਿਊਟੀ ਤੇ ਨਾਲੇ ਦਰਸ਼ਨ? ਦਰਸ਼ਨ ਜੀ। ਅੱਛਾ ਕਿਸ ਤਰ੍ਹਾਂ ਤੁਸੀਂ ਦੇਖੋ ਰਾਤ ਪੈ ਗਈ ਹੈ ਪਰ ਸੰਗਤਾਂ ਦਾ ਜੋਸ਼ ਉਵੇਂ ਹੀ ਹੈ। ਸੰਗਤਾਂ ਦਾ ਜੋਸ਼ ਤਾਂ ਇਹੋ ਜੀ, ਆਪਣਾ ਮਹਾਰਾਜ ਦਾ ਧਰਮ ਸਿੱਖੀ ਉਹ ਹੈਗਾ ਜਨਮ ਸਥਾਨ ਆ ਜੀ ਇੱਥੇ, ਮਤਲਬ ਸੰਗਤਾਂ ਨੂੰ ਮੇਰੀ ਤਾਂ ਇਹੀ ਬੇਨਤੀ ਆ ਵੀ ਕੋਈ ਹੁੱਲੜਬਾਜ਼ੀ ਨਾ ਕਰੇ, ਆਪਣਾ ਪਿਆਰ ਨਾਲ ਸੰਗਤਾਂ ਦੇ ਦਰਸ਼ਨ ਕਰਨ, ਕੋਈ ਉਹੋ ਜਿਹਾ ਹੁੱਲੜਬਾਜ਼ੀ ਨਾ ਕਰਨ ਜਿਹੜੇ ਸੰਗਤਾਂ ਨੂੰ ਵੀ ਦਿੱਕਤ ਆਵੇ ਤੇ ਤੁਹਾਨੂੰ ਵੀ ਦਿੱਕਤ ਆਵੇ। ਅੱਛਾ ਕਿਵੇਂ ਦੇਖਦੇ ਹੋ ਉਤਸ਼ਾਹ ਸੰਗਤਾਂ ਦਾ, ਔਰ ਕੱਲ ਜਦੋਂ ਮੁਹੱਲਾ ਨਿਕਲਣਾ ਉਹਨੂੰ ਲੈ ਕੇ ਖਾਸ ਲੋਕਾਂ ਦੇ ਜ਼ਿਹਨ ਦੇ ਵਿੱਚ ਰਹਿੰਦਾ ਕਿ ਉਹ ਸਿੰਘ ਜਦੋਂ ਘੋੜਿਆਂ ਤੇ ਗਰਜਦੇ ਆਉਂਦੇ ਆ ਉਹ ਤਸਵੀਰ ਹਰ ਕੋਈ ਦੇਖਣੀ ਚਾਹੁੰਦਾ? ਇਹ ਤਾਂ ਫਿਰ ਸਿੱਖੀ ਦਾ ਸੁਨਾਦ ਹੀ ਹੈ ਜੀ, ਸਿੱਖੀ ਜੇ ਨਾ ਗਰਜਦਾ ਸਿੱਖੀ ਨੂੰ ਕੋਈ ਨੇੜੇ ਵੀ ਨਾ ਆਵੇ, ਸਿੱਖੀ ਦਾ ਗਰਜਣਾ ਇੱਕ ਸਿਧਾਂਤ ਆ। ਆਪਣੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਇਹੀ ਸਿੱਖਿਆ ਦੇ ਕੇ ਗਏ ਵੀ ਸਿੰਘ ਗਰਜਿਆ ਤੇ ਬੱਦਲ ਗਰਜਿਆ ਬਰਾਬਰ ਆ ਜੀ। ਆ ਗੁਰੂ ਦਾ ਬਖਸ਼ਿਆ ਤਾਜ ਜਦੋਂ ਸਿਰ ਤੇ ਸਜਾ ਕੇ ਕੋਈ ਲੰਘਦਾ, ਕੋਈ ਵੀ ਸਿੰਘ ਕਿਤੋਂ ਦੀ ਲੰਘ ਜਾਏ ਵੱਖਰੀ ਪਹਿਚਾਣ। ਸਵੇਰ ਤਾਂ ਦੇਖੀ ਜਾਂਦਾ ਜਿਹੜੇ ਆ ਖਾਲਸਿਆਂ ਦੇ ਨੀਲੇ ਚੋਲੇ, ਤੇ ਮੈਂ ਬੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਇੱਕ ਦਿਨ ਅਸੀਂ ਵੀ ਇਹ ਬਾਣੇ ਦੇ ਵਿੱਚ ਆਵਾਂ। ਵਾਹ ਜੀ ਵਾਹ! ਤਾਂ ਇਹ ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੇਖੋ ਇਹ ਖਾਲਸੇ ਦਾ ਜਨਮ ਸਥਾਨ ਆ, ਤੇ ਬਾਈ ਜੀ ਕਹਿੰਦੇ ਨੇ ਤੇ ਮੈਂ ਤਾਂ ਅਰਦਾਸ ਕਰਦਾ ਕਿ ਵਾਹਿਗੁਰੂ ਕਰਦੇ ਕਿਰਪਾ ਉਹੀ ਬਾਣਾ ਜਿਹੜਾ ਇੱਥੇ ਸਿੰਘਾਂ ਦੇ ਸਜਾ ਵੇਖ ਰਹੇ ਨੇ, ਔਰ ਕਹਿੰਦੇ ਨੇ ਕਿ ਮਨ ਚ ਇੱਛਾ। ਬਾਈ ਜੀ ਮਾੜਾ ਪਿੱਛੇ ਹੋ ਜਾਓ। ਤਾਂ ਇਹ ਬਾਈ ਜੀ ਤੁਸੀਂ ਦੇਖ ਲਓ, ਅੱਜ ਬੇਸ਼ੱਕ ਤੁਹਾਨੂੰ ਇਹ ਪੈਂਟ ਟੀ ਸ਼ਰਟ ਦੇ ਵਿੱਚ ਨਜ਼ਰ ਆ ਰਹੇ ਹੋਣ, ਪਰ ਵਾਹਿਗੁਰੂ ਨੇ ਜਿੱਦੇ ਕਿਰਪਾ ਕੀਤੀ ਤੁਹਾਨੂੰ ਇਹ ਬਾਣੇ 'ਚ ਨਜ਼ਰ ਆਉਣਗੇ। ਐਸੀ ਅਰਦਾਸ ਕਰ ਰਹੇ ਨੇ ਇਸ ਪਵਿੱਤਰ ਧਰਤੀ 'ਤੇ ਸੰਗਤਾਂ। ਦੇਖੋ ਹਰ ਕੋਈ ਇੱਥੇ ਦਰਸ਼ਨ ਕਰਨ ਆਇਆ, ਇਹ ਨੌਜਵਾਨ ਮੁੰਡੇ ਦਰਸ਼ਨ ਕਰਨ ਆਏ ਨੇ, ਬੀਬੀਆਂ ਬਜ਼ੁਰਗ ਬੱਚੇ ਹਰ ਕੋਈ। ਬਾਈ ਤੁਸੀਂ ਕਿੱਥੋਂ ਆਏ ਹੋ? ਫਜ਼ਲ ਪੰਜੂਰ ਮੋਗਾ ਜੀ। ਅੱਛਾ, ਮੈਂ ਦੇਖਦਾ ਵੀ ਚਿਹਰੇ ਤੇ ਖੁਸ਼ੀ ਆ ਸਭ ਦੇ, ਨਾਲੇ ਇੰਨੀ ਭੀੜ ਆ, ਇੰਨੀ ਸੰਗਤ ਆ, ਕਾਟਾ ਧੱਕੇ ਧੁੱਕੇ ਵੱਜੀ ਜਾਂਦੇ ਆ ਪਰ ਚਿਹਰਿਆਂ ਤੇ ਬੜੀ ਖੁਸ਼ੀ ਆ। ਬਸ ਇਹ ਹੋਲੇ ਮਹੱਲੇ ਦਾ ਜੀ, ਗੁਰੂ ਦੇ ਸਿੰਘਾਂ ਦਾ ਜਨੂੰਨ ਹੀ ਇੰਨਾ ਹੈ ਜੀ, ਬਸ ਫਤਿਹ ਹੋਈ ਪਈ ਹੈ ਬਾਬੇ ਨਾਨਕ ਦੀ ਚੜ੍ਹਦੀ ਕਲਾ, ਬਸ ਖੁਸ਼ੀ ਖੁਸ਼ੀ ਆਉਂਦੇ ਨੇ ਸਾਰੇ ਸਾਰੀਆਂ ਸੰਗਤਾਂ ਤੇ ਬਾਬੇ ਦੇ ਗੁਣ ਗਾਉਂਦੀਆਂ ਆਉਂਦੀਆਂ ਨੇ। ਅੱਛਾ, ਇਹ ਨਿੱਕੀ ਜਿਹੀ ਕੁੜੀ ਨੂੰ ਨਾਲ ਲੈ ਕੇ ਆਏ ਹੋ? ਹਾਂਜੀ, ਗੁਰਦਾਸਪੁਰ ਤੋਂ ਆਏ ਹਾਂ। ਗੁਰਦਾਸਪੁਰ ਤੋਂ ਆਏ ਹੋ, ਕੀ ਲੱਗਦੀ ਤੁਹਾਡੀ? ਇਹ ਮੇਰੀ ਗੁੜੀਆ ਜੀ। ਗੁੜੀਆ ਤੁਹਾਡੀ? ਹਾਂ ਬੱਚੇ, ਮੱਥਾ ਟੇਕ ਲਿਆ? ਟੇਕ ਲਿਆ। ਤੇ ਇਹ ਬੱਚੇ ਨੂੰ ਤੁਸੀਂ ਦੱਸ ਦਿਓ ਜੀ ਫਿਰ ਸਥਾਨ ਬਾਰੇ, ਧਰਮ ਬਾਰੇ। ਹਾਂਜੀ, ਸਾਰੇ ਗੁਰਦੁਆਰਾ ਦਰਸ਼ਨ ਕਰਾਏ ਜੀ, ਸਭ ਦੱਸਿਆ ਇਤਿਹਾਸ। ਅੱਛਾ, ਸਾਰੇ ਦਰਸ਼ਨ ਕਰਾਏ? ਹਾਂਜੀ, ਤੀਸਰੀ ਵਾਰ ਆਈ ਮੇਰੇ ਨਾਲ। ਕਿਆ ਬਾਤ ਆ! ਅੱਛਾ, ਤੁਸੀਂ ਕਿਉਂਕਿ ਕੋਸ਼ਿਸ਼ ਤਾਂ ਸਾਰੇ ਕਰਦੇ ਆ, ਔਰ ਸਾਡਾ ਫਰਜ਼ ਵੀ ਹੈ ਵਾਹਿਗੁਰੂ ਦੀ ਬਖਸ਼ਿਸ਼ ਕਿ ਅਸੀਂ ਸੰਗਤਾਂ ਨੂੰ ਦੱਸ ਸਕੀਏ ਕਿ ਇਹ ਸਾਡੇ ਅਸਥਾਨ ਕਿੰਨੇ ਮਹੱਤਵਪੂਰਨ ਨੇ, ਗੁਰੂਆਂ ਦੀਆਂ ਬਖਸ਼ਿਸ਼ਾਂ ਕਿੱਡੀਆਂ ਨੇ। ਪਰ ਕਈ ਵਾਰ ਬੱਚੇ ਚਾਹੇ ਅਣਭੋਲ ਚਾਹੇ ਪਰਿਵਾਰਾਂ ਤੋਂ ਜਾਣੇ ਅਣਜਾਣੇ ਦੇ ਵਿੱਚ ਸਿੱਖਿਆ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਕਰਤੀਆਂ ਅਸੀਂ ਸਿੱਖਿਆ ਵੀ ਨਹੀਂ ਦੇ ਪਾ ਰਹੇ? ਅਸੀਂ ਆਪਣੇ ਬੱਚਿਆਂ ਨੂੰ ਨਾ ਇਤਿਹਾਸ ਨਾਲ ਜੋੜਨਾ ਚਾਹੀਦਾ ਜੀ, ਆਪਣੇ ਗੁਰੂ ਸਾਹਿਬ ਦਾ ਇਤਿਹਾਸ, ਉਹਨਾਂ ਦੇ ਵੱਡ ਵਡੇਰਿਆਂ ਦੀ ਕਹਾਣੀ ਸੁਣਨੀ ਚਾਹੀਦੀ ਬੱਚੇ, ਤਾਂ ਕਿ ਆਪਣੇ ਵਿਸਰਾਂ ਜੁੜ ਸਕਣ ਤੇ ਉਹਨਾਂ ਕੁਰਬਾਨੀਆਂ ਤੋਂ ਆਪਦੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਓ। ਵੇਖੋ ਭੀੜ ਦੇਖੋ, ਇਕੱਠ ਦੇਖੋ, ਤੁਸੀਂ ਦੇਖੋ ਵੀ ਤਿਲ ਸਿੱਟਾਂ ਨੂੰ ਜਿਵੇਂ ਪੰਜਾਬੀ 'ਚ ਕਹਿ ਦਿੰਦੇ ਆ ਨਾ, ਕਿਧਰੇ ਥਾਂ ਨਹੀਂ ਮਿਲ ਰਹੀ, ਤਾਂ ਉਹੀ ਹਾਲਾਤ ਨੇ, ਉਹੀ ਤਸਵੀਰ ਹੈ, ਉਹੀ ਤਸਵੀਰ ਹੈ। ਕਿਵੇਂ? ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਤੁਸੀਂ ਆਏ ਕਿੱਥੋਂ ਬਾਈ ਜੀ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਸਾਹਿਬ ਤੋਂ? ਤਾਂ ਲਓ ਜੀ, ਤੁਸੀਂ ਟੀਵੀ ਦੇਖਦੇ ਹੋ ਤਾਂ ਤੁਹਾਨੂੰ ਵੀ ਅਸੀਂ ਟੀਵੀ ਤੇ ਵਿਖਾ ਦਿੰਦੇ ਹਾਂ। ਸਿੱਧੂ ਸਾਹਿਬ, ਇਹ ਬਾਈ ਜੀ ਆਪਣੇ ਚੈਨਲ ਦੇ ਫੈਨ ਨੇ, ਹਮੇਸ਼ਾ ਦੇਖਦੇ ਨੇ। ਅੱਛਾ, ਖਬਰਾਂ ਸਾਰੀਆਂ ਸੁਣਦੇ ਹੋ? ਬਿਲਕੁਲ ਸੁਣਦੇ ਜੀ, ਸੁਣਦੇ ਬਿਲਕੁਲ। ਕੋਈ ਕਮੀ ਪੇਸ਼ੀ ਹੋਈ ਉਹ ਵੀ ਦੱਸ ਦਿਓ? ਮੈਂ ਨਾ ਬਹੁਤ ਵਧੀਆ, ਥੈਂਕ ਯੂ ਤੁਹਾਡਾ। ਲਓ ਜੀ, ਤਾਂ ਇਹ ਸੰਗਤ ਇੱਥੇ ਪਹੁੰਚੀ ਹੋਈ ਹੈ। ਹਾਂਜੀ, ਸਿੰਘ ਸਾਹਿਬ ਕਿੱਥੋਂ ਆਏ ਹੋ? ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ? ਹਾਂਜੀ।
ਤਾਂ ਦੇਖੋ ਜੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਜੀ ਅੰਮ੍ਰਿਤਸਰ ਤੋਂ ਜੀ ਹਾਂਜੀ ਬਟਾਰੀ ਤੋਂ ਹਾਂਜੀ ਮਲੋੜ ਤੋਂ ਜੀ ਮਲੋੜ ਤੋਂ ਪਿੰਡ ਮਲੋੜ ਤੋਂ ਜੀ ਪਿੰਡ ਮਲੋੜ ਵਾਲੇ ਹਾਂਜੀ ਵਿਆਸ ਰਈਆ ਅੱਛਾ ਜੀ ਹਾਂਜੀ ਬਟਾਰੀ ਤੋਂ ਅੰਮ੍ਰਿਤਸਰ ਜ਼ਿਲ੍ਹਾ ਹਾਂਜੀ ਅਸੀਂ ਮੋਹਾਲੀ ਜ਼ਿਲ੍ਹੇ ਤੋਂ ਜੀ ਲਓ ਜੀ ਵੇਖੋ ਵੱਖ ਵੱਖ ਥਾਵਾਂ ਤੋਂ ਮਾਝਾ ਮਾਲਵਾ ਤੋਂ ਆਪਾਂ ਕੀ ਪੂਰੀ ਦੁਨੀਆ ਤੋਂ ਸੰਗਤ ਆਈ ਵੀ ਹੈ ਤੁਸੀਂ ਸੰਗਤਾਂ ਦੇਖੋ ਲਓ ਜੀ ਖਾਲਸਾਈ ਨਿਸ਼ਾਨ ਲਓ ਜੀ ਕਹਿੰਦੇ ਨੇ ਕਿ ਪੰਥ ਦੇ ਨਿਸ਼ਾਨ ਸਦਾ ਝੂਲਦੇ ਰਹਿਣਗੇ ਤਾਂ ਇਸੇ ਤਰ੍ਹਾਂ ਖਾਲਸਾਈ ਨਿਸ਼ਾਨ ਝੂਲਦੇ ਹੋਏ ਵੱਖ ਵੱਖ ਆਪਣੇ ਵਹੀਕਲਾਂ ਤੇ ਸਜਾ ਕੇ ਸੰਗਤਾਂ ਜੈਕਾਰੇ ਲਾਉਂਦੀਆਂ ਹੋਈਆਂ ਗੁਰੂ ਦੇ ਜੈਕਾਰੇ ਗੁਰੂ ਦੇ ਬਖਸ਼ੇ ਇੰਨਾ ਜੋਸ਼ ਕਦੋਂ ਆਏ ਸੀ ਕਦੋਂ ਆਏ ਹੋ ਟਿੱਕੀ ਲੈਂਦੇ ਹੋ ਤੇ ਪੂਰਾ ਆਨੰਦ ਆ ਰਿਹਾ ਪੂਰਾ ਆਨੰਦ ਜਾਣ ਨੂੰ ਜੀ ਨਹੀਂ ਕਰਨ ਦਿਆ ਕਿਆ ਬਾਤ ਆ ਅੱਗੇ ਵੀ ਆਉਣੇ ਹੋ ਹਾਂਜੀ ਸਵੇਰੇ ਜਾਣਾ ਲੈ ਤੇ ਕੱਲ ਨੂੰ ਤਾਂ ਮੇਨ ਦੇਣਾ ਉਹ ਵੇਖ ਕੇ ਨੀ ਜਾਣਾ ਕਰਦੇ ਨੇ ਚੱਲੀਏ ਜੀ ਕਰਦਾ ਵੇਖਣ ਨੂੰ ਲਓ ਜੀ ਚਲੋ ਕੋਈ ਨੀ ਵਾਹਿਗੁਰੂ ਨੇ ਜਦੋਂ ਕਿਰਪਾ ਕਰੀ ਉਹਦੇ ਦਰਸ਼ਨ ਹੋਣੇ ਆ ਬਹੁਤ 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 ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤਾਂ ਆਹ ਵੇਖੋ ਜੀ ਸੰਗਤਾਂ ਦਾ ਜੋਸ਼ ਦੇਖੋ ਕਿਵੇਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਬੱਚੇ ਨੌਜਵਾਨ ਬੀਬੀ ਤੁਸੀਂ ਕਿੱਥੋਂ ਆਏ ਹੋ ਜੀ ਗੁਰਦਾਸਪੁਰ ਤੋਂ ਜੀ ਗੁਰਦਾਸਪੁਰ ਤੋਂ ਪਰਿਵਾਰ ਨਾਲ ਆਏ ਹੋ ਹਾਂਜੀ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਹਾਂ ਅੱਛਾ ਕਿਵੇਂ ਲੱਗਦਾ ਵੈਸੇ ਚਲੋ ਕਈ ਵਾਰੀ ਬੀਬੀਆਂ ਇਹ ਵੀ ਕਹਿੰਦੀਆਂ ਕਿ ਭੀੜ ਆ ਭਾਈ ਤੇ ਪਰ ਜ਼ਹਿਨ ਦੇ ਵਿੱਚ ਇਹ ਵੀ ਹੁੰਦਾ ਕਿ ਬਈ ਗੁਰੂ ਦੇ ਦਰ ਤੇ ਜਾਣਾ ਕੀ ਕੁਝ ਚੱਲਦਾ ਜ਼ਹਿਨ 'ਚ ਕਈ ਵਾਰੀ ਆਉਣ ਲੱਗੇ ਪੈਰ ਪਿੱਛੇ ਖਿੱਚਦੇ ਆ ਨਹੀਂ ਜੀ ਪੈਰ ਤਾਂ ਨਹੀਂ ਪਿੱਛੇ ਖਿੱਚਦੇ ਹੈਗੇ ਵਧੀਆ ਲੱਗਦਾ ਇੱਥੇ ਆਣ ਕੇ ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਧੀਆ ਲੱਗਦਾ ਵਾ ਤਾਂ ਦੇਖੋ ਜਦੋਂ ਗੁਰੂ ਦੇ ਦਰ ਤੇ ਆਉਣਾ ਹੋਵੇ ਤਾਂ ਕਹਿੰਦੇ ਚਾਹ ਚੜ ਜਾਂਦਾ ਹਰ ਕੋਈ ਇੱਥੇ ਪਹੁੰਚਦਾ ਜੈਕਾਰਿਆਂ ਦੀ ਗੂੰਜ ਤੁਹਾਨੂੰ ਲੱਗੇਗਾ ਨਹੀਂ ਕਿ ਰਾਤ ਪੈ ਗਈ ਆ ਦੇਖੋ ਇਹ ਗੁਰੂ ਦੇ ਸਿੰਘ ਨੇ ਗੁਰੂ ਦਾ ਪੰਥ ਹੈ ਇਹ ਨਾ ਥੱਕਦਾ ਨਾ ਇਹ ਠੰਡਾ ਪੈਂਦਾ ਇਸੇ ਤਰ੍ਹਾਂ ਗਰਜਦਾ ਰਹਿੰਦਾ ਜੋਸ਼ ਇਸੇ ਤਰ੍ਹਾਂ ਰਹਿੰਦਾ ਸਿੰਘ ਸਾਹਿਬ ਕਿੱਥੋਂ ਆਏ ਜੀ ਫਤਿਹਾਬਾਦ ਤੋਂ ਜੀ ਤਰਨ ਤਾਰਨ ਤੋਂ ਇਹ ਸਿੰਘ ਨਾਲ ਹੈ ਹਾਂਜੀ ਹਾਂਜੀ ਲਓ ਵੀ ਸਿੰਘ ਨਾਲ ਹੈ ਸਿੰਘ ਦਿਖਾਓ ਇੱਧਰ ਸਿੰਘ ਸਾਹਿਬ ਕਿਹੜੀ ਕਾਲਜ ਪੜ੍ਹਦੇ ਹੋ ਥਰਡ ਪੀਜੀ ਤੇ ਬਾਬੇ ਦੇ ਅੱਗੇ ਵੀ ਹੋਣੇ ਮੱਥਾ ਟੇਕਣ ਪਹਿਲੀ ਵਾਰੀ ਆਇਆ ਹਾਂਜੀ ਹਾਂਜੀ ਦੱਸਿਆ ਸਾਰਾ ਕੁਝ ਇਹਨੂੰ ਹਾਂਜੀ ਹਾਂਜੀ ਦੱਸਿਆ ਜੀ ਪਿੱਛੇ ਸਾਰਾ ਇਤਿਹਾਸ ਦੱਸ ਗਿਆ ਹਾਂ ਇਤਿਹਾਸ ਜ਼ਰੂਰ ਦੱਸਣਾ ਸਿੰਘਾਂ ਨੂੰ ਇਤਿਹਾਸ ਜ਼ਰੂਰ ਆਉਂਦੀਆਂ ਪੀੜ੍ਹੀਆਂ ਨੂੰ ਇੱਧਰ ਬੀਬੀ ਹੋਣੀ ਬੀਬੀ ਹੋਰਾਂ ਦੇ ਦਰਸ਼ਨ ਕਰਾਓ ਆਹ ਨਿੱਕਾ ਜਿਹਾ ਸਿੰਘ ਦਸਤਾਰ ਸਜਾਈ ਹੋਈ ਲਓ ਜੀ ਜੈਕਾਰੇ ਲੱਗ ਰਹੇ ਨੇ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਿੰਘ ਸਾਹਿਬ ਤੁਸੀਂ ਕਿੱਥੋਂ ਆਏ ਗੁਰਦਾਸਪੁਰ ਤੋਂ ਜੀ ਗੁਰਦਾਸਪੁਰ ਦੀ ਬਾਹਰ ਸੰਗਤ ਆ ਰਹੀ ਹੈ ਮਹਾਰਾਜ ਸਾਡਾ ਆਪਣਾ ਘਰ ਹੀ ਆਉਣਾ ਹੀ ਆ ਘਰ ਤਾਂ ਬਈ ਸਾਰਿਆਂ ਦਾ ਗੁਰੂ ਨੇ ਸਾਰਿਆਂ ਨੂੰ ਪੁੱਤ ਬਣਾਇਆ ਹਾਂਜੀ ਸਾਰਿਆਂ ਨੇ ਆਉਣਾ ਵਾ ਜੀ ਕਿਉਂ ਨਹੀਂ ਆਉਣਾ ਮਹਾਰਾਜ ਦੇ ਘਰ ਸਾਰਿਆਂ ਨੇ ਆਉਣਾ ਜਨਮ ਭੂਮੀ ਆ ਬਿਲਕੁਲ ਜੀ ਅੱਛਾ ਕਿਵੇਂ ਬਾਈ ਜੀ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਫੀਲ ਆਉਂਦੇ ਆ ਅਹਿਸਾਸ ਆਉਂਦੇ ਆ ਜਦੋਂ ਤੁਸੀਂ ਜੇਲ੍ਹ ਦੇ ਥਾਂ ਤੇ ਜਾਂਦੇ ਹੋ ਉਹੋ ਜਿਹੀਆਂ ਚੀਜ਼ਾਂ ਜ਼ਹਿਨ 'ਚ ਚੱਲਦੀਆਂ ਜਦੋਂ ਇੱਥੇ ਆਉਣੇ ਹੋ ਕਿ ਗੁਰੂ ਸਾਹਿਬ ਨੇ 29 ਸਾਲ ਤੋਂ ਵੱਧ ਸਮਾਂ ਇੱਥੇ ਬਿਤਾਇਆ ਜਿੱਥੇ ਆਪਾਂ ਖੜੇ ਹੋ ਸਕਦਾ ਗੁਰੂ ਸਾਹਿਬ ਇੱਥੋਂ ਵੀ ਲੰਘੇ ਹੋਣ ਹੋ ਸਕਦਾ ਗੁਰੂ ਸਾਹਿਬ ਇੱਥੇ ਅਕਸਰ ਹੀ ਆਉਂਦੇ ਹੋਣ ਕਿਣ ਕਿਣ 'ਚ ਗੁਰੂ ਸਾਹਿਬ ਦਾ ਵਾਸਾ ਅਹਿਸਾਸ ਹੁੰਦਾ ਇੱਥੇ ਬਿਲਕੁਲ ਜੀ ਬਿਲਕੁਲ ਅਹਿਸਾਸ ਹੁੰਦਾ ਖੁਸ਼ੀ ਹੁੰਦੀ ਹੈ ਜੀ ਇੱਥੇ ਹੌਲੇ ਮਹੱਲੇ ਤੇ ਆ ਕੇ ਜੀ ਬਹੁਤ ਰੌਣਕ ਹੈ ਐਤਕੀ ਜੀ ਹਾਂਜੀ ਆਹ ਇੱਥੋਂ ਤੁਹਾਡੀ ਨਵੀਂ ਡਾਂਗ ਨਵੀਂ ਲਈ ਹੈ ਜੀ ਹਾਂਜੀ ਹਾਂਜੀ ਇੱਥੋਂ ਲਈ ਹੈ ਜੀ 100 ਰੁਪਏ ਦੀ ਇਹ ਜਾ ਕੇ ਕਿਤੇ ਸਖਤੀ ਨਾ ਕਰ ਦਿਆ ਜੇ ਨਹੀਂ ਨਹੀਂ ਨਹੀਂ
ਇਹ ਲੋੜ ਪੈਣ ਤੇ ਵਰਤੀ ਜਾਂਦੀ ਪਰ ਵਿਚਾਰ ਰੱਖੇ ਤਾਂ ਚੰਗਾ ਜੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਦੇਖੋ ਜੀ ਨੌਜਵਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੋ, ਆਹ ਖੁਸ਼ੀ ਕਿਧਰੇ ਮਿਲਦੀ ਨੀ, ਆਹ ਖੁਸ਼ੀ ਲੱਭਦੇ ਫਿਰਦੇ ਆ, ਔਰ ਗੁਰੂ ਦੇ ਦਰ ਤੇ ਖੁਸ਼ੀ ਮਿਲਦੀ ਹੈ। ਆਹ ਤੁਸੀਂ ਬੀਬੀਆਂ ਦਾ ਜਥਾ ਆ ਗਿਆ, ਬੀਬੀਆਂ ਆ ਰਹੀਆਂ ਨੇ। ਔਰ ਬੀਬੀ ਜੀ ਕਿੱਥੋਂ ਆਏ ਹੋ ਤੁਸੀਂ? ਪਾਤਲਾਂ ਤੋਂ ਆਏ ਹੋ? ਖੜ ਜਾਓ, ਖੜ ਜਾਓ ਬੀਬੀ, ਕਾਹਲੀ ਕਹਦੀ ਫਿਰ, ਕੋਈ ਗੱਲ ਨੀ। ਅੱਛਾ ਗੁੱਡੀਆਂ ਵੀ ਨੇ, ਗੁੱਡੀ ਤੁਸੀਂ ਵੀ ਨਾਲ, ਸਾਰਾ ਪਰਿਵਾਰ ਹੈ? ਅੱਛਾ ਅੱਛਾ, ਤੁਸੀਂ ਕਿੱਥੋਂ ਆਏ ਨਾਲ? ਪਾਤਲਾਂ ਪਟਿਆਲੇ। ਤੁਸੀਂ ਗੁੱਡੀ? ਅੱਛਾ, ਤੇ ਹਰ ਵਾਰੀ ਆਉਂਦੇ ਹੋ ਜਾਂ ਪਹਿਲੀ ਵਾਰੀ ਆਏ ਹੋ? ਹਰ ਵਾਰੀ ਆਉਂਦੇ ਹੋ। ਬੱਚਿਆਂ ਨੂੰ ਸਾਰਿਆਂ ਨੂੰ ਦੱਸਿਆ ਜੀ ਸਥਾਨ ਬਾਰੇ? ਇਤਿਹਾਸ ਬਾਰੇ ਦੱਸ ਦਿਓ ਤਾਂ। ਹਾਂਜੀ ਹਾਂਜੀ, ਪੂਰੇ ਇਤਿਹਾਸ ਬਾਰੇ ਦੱਸਦੇ ਆ, ਪੂਰਾ ਦੱਸਦੇ ਆ। ਤਾਂ ਦੇਖੋ ਜੀ, ਕੋਸ਼ਿਸ਼ ਮਾਪਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਆ। ਚਲੋ ਬੀਬੀ ਜੀ ਟੇਕ ਲਓ ਮੱਥਾ। ਤਾਂ ਆ ਬੀਬੀ ਪਿੱਛੇ ਸੰਗੀ ਜਾਂਦੀ ਆ, ਬੀਬੀ ਤੁਸੀਂ ਸੰਗੇ ਕਿਤੇ ਬੇਰੂੜਾ ਪੁੱਛ ਲੈਣ? ਨਹੀਂ ਨਹੀਂ। ਅੱਛਾ, ਕਹਿੰਦੇ ਕਿੰਨੀ ਕੁ ਖੁਸ਼ੀ ਇੱਥੇ ਆ ਕੇ ਮਨ ਦੇ ਵਿੱਚ, ਕੀ ਕੁਝ ਚੱਲਦਾ? ਥਕਾਵਟ ਤਾਂ ਨਹੀਂ ਹੁੰਦੀ? ਦੇਖੋ ਚਿਹਰੇ ਦੀ ਖੁਸ਼ੀ ਤੁਹਾਨੂੰ ਦੱਸ ਦੇਗੀ, ਥਕਾਵਟ ਨਹੀਂ ਹੁੰਦੀ। ਭਾਈ ਜੀ ਕੀ ਗੁਰੂ ਦੀ ਬਖਸ਼ਿਸ਼ ਆ, ਵੇਖੋ ਦਿਨ ਛਿਪ ਗਿਆ, ਦੂਜਾ ਦਿਨ ਹੈ, ਕਿੰਨੀ ਭੀੜ ਹੈ, ਥੱਕਦਾ ਨਹੀਂ ਕੋਈ, ਹਰ ਸਭ ਦੇ ਚਿਹਰੇ ਤੇ ਖੁਸ਼ੀ ਹੈ। ਗੁਰੂ ਘਰ ਆ ਕੇ ਕੋਈ ਵੀ ਨਹੀਂ ਥੱਕਦਾ ਜੀ, ਮਹਾਰਾਜ ਦੀ ਇੰਨੀ ਮਿਹਰ ਹੈ ਜੀ। ਅੱਛਾ, ਇੱਕ ਚੀਜ਼ ਨਾ ਮੈਂ ਤਾਂ ਨੋਟਿਸ ਕੀਤੀ ਆ ਕਿ ਜਦੋਂ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਹੁੰਦਾ, ਉਹ ਘਰੇ ਆਪਾਂ 10 ਮਿੰਟ ਜਰਾਬਾਂ 'ਚੋਂ ਬੂਟਾਂ 'ਚੋਂ ਪੈਰ ਕੱਢ ਕੇ ਮਾੜਾ ਤੁਰ ਪਈਏ, ਠੰਡ ਲੱਗ ਜਾਂਦੀ ਆ। ਉੱਥੇ ਇੰਨੀ ਠੰਡ ਹੁੰਦੀ ਆ, ਨੰਗੇ ਪੈਰੀ ਸੰਗਤਾਂ, ਅਸੀਂ ਖੁਦ ਉੱਥੇ ਹਿੱਸਾ ਹੁੰਦੇ ਹਾਂ, ਗੁਰਦੁਆਰਾ ਸਾਹਿਬ 'ਚ ਬੰਦੇ ਨੂੰ ਕਦੇ ਠੰਡ ਨਹੀਂ ਲੱਗਦੀ? ਨਾ ਜੀ, ਨਾ ਠੰਡ ਲੱਗੇ ਜੀ, ਗੁਰੂ ਘਰ ਆ ਕੇ ਬੰਦਾ ਕਦੇ ਨਹੀਂ ਥੱਕਦਾ ਜੀ, ਨਾ ਬਿਮਾਰ ਹੋ, ਨਾ ਬਿਮਾਰ ਹੁੰਦਾ ਜੀ, ਬਿਮਾਰ ਹੋਇਆ ਲੋਟ ਹੋ ਜੂਗਾ। ਹਾਂ, ਇੱਥੇ ਤਾਂ ਕਰੋਨੇ ਨੇ ਨਹੀਂ ਕੁਛ ਕੀਤਾ ਹੋਵੇ। ਬਿਲਕੁਲ ਬਿਲਕੁਲ ਜੀ ਬਿਲਕੁਲ। ਤਾਂ ਵਾਕਈ ਇਹ ਗੁਰੂ ਦੀ ਬਖਸ਼ਿਸ਼ ਹੈ ਜੀ, ਸੰਗਤਾਂ ਦੇ ਦਰਸ਼ਨ ਕਰੋ ਤੁਸੀਂ। ਤਾਂ ਪਿੱਛੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵੀ ਜਥੇ ਆ ਰਹੇ ਨੇ, ਗੁਰੂ ਦੇ ਸਿੰਘ ਆ ਰਹੇ ਨੇ, ਪਚੱਗੀ ਸਿੰਘ ਆ ਰਹੇ ਨੇ। ਤਾਂ ਸਿੰਘ ਸਾਹਿਬ ਆ ਜਾਓ ਜੀ। ਤਾਂ ਗੁਰੂ ਦਾ ਬਖਸ਼ਿਆ ਬਾਣਾ ਸਜਾਇਆ ਹੋਇਆ ਸਿੰਘ ਸਾਹਿਬ ਨੇ, ਸਿੰਘ ਸਾਹਿਬ ਕਿੱਥੋਂ ਆਏ ਜੀ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਸਾਹਿਬ ਤੋਂ? ਅੱਛਾ, ਤੁਸੀਂ ਤਾਂ ਪਹਿਲਾਂ ਆ ਗਏ ਹੋਗੇ, ਅੱਜ ਆਏ ਹੋ? ਨਹੀਂ ਨਹੀਂ, ਪਹਿਲਾਂ ਨਹੀਂ, ਕੋਈ 2 ਦਿਨ ਹੋਏ ਨੇ। 2 ਦਿਨ ਹੋਇਆ ਤੇ ਕੱਲ ਨੂੰ ਤਾਂ ਦੇਣੀ ਸਿੰਘਾਂ ਦਾ, ਕੱਲ ਦਾ ਮਹੱਲਾ ਨਿਕਲਣਾ ਜੀ, ਮਹੱਲਾ ਨਿਕਲਣਾ ਜੀ, ਅੱਜ ਮਹੱਲਾ ਜੀ ਮੇਰੇ ਜੀ। ਗੁਰੂ ਦੀ ਕਿਰਪਾ ਹੋਈ, ਤੁਸੀਂ ਲੈਣਾ ਹਿੱਸਾ? ਨਹੀਂ ਨਹੀਂ ਜੀ, ਆਪਾਂ ਗਲਕੇ ਦੀ ਆਪਣੀ। ਅੱਛਾ ਅੱਛਾ, ਹਾਂਜੀ ਗਲਕੇ ਦਾ ਜੀ। ਤਾਂ ਇਹ ਤਸਵੀਰਾਂ ਨੇ ਜੀ ਜਥੇ ਸਿੰਘਾਂ ਦੇ, ਆਓ ਜੀ ਲੰਗਰ ਲੰਗੋ। ਤਾਂ ਦੇਖੋ ਤਸਵੀਰਾਂ ਦੇਖੋ ਕਿ ਕਿੰਨਾ ਜੋਸ਼ ਹੈ, ਜੈਕਾਰੇ ਲੱਗ ਰਹੇ ਨੇ, ਜੋਸ਼। ਇੱਕ ਵਾਰੀ ਫਿਰ ਤੋਂ ਤੁਹਾਨੂੰ ਦਰਸ਼ਨ ਕਰਵਾ ਦਈਏ, ਜਿਹੜੀ ਸੰਗਤ ਹੁਣ ਸਾਡੇ ਨਾਲ ਜੁੜੀ ਹੈ ਉਸ ਸੰਗਤ ਨੂੰ ਦਰਸ਼ਨ ਕਰਵਾ ਦਈਏ ਤਖ਼ਤ ਸਾਹਿਬ ਦੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ। ਇੱਕ ਵਾਰ ਤੁਹਾਨੂੰ ਫਿਰ ਤੋਂ ਦਰਸ਼ਨ ਕਰਵਾ ਦਈਏ, ਦਰਸ਼ਨ ਕਰੋ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਜਦੋਂ ਤਖ਼ਤ ਸਾਹਿਬ ਵੱਲ ਮੂੰਹ ਕਰੀਦਾ, ਜਦੋਂ ਇੱਧਰ ਨੂੰ ਸੀਸ ਜਾਂਦਾ ਤਾਂ ਇੰਨਾ ਚਾਹ ਚੜ੍ਹ ਜਾਂਦਾ, ਇੰਨੀ ਖੁਸ਼ੀ ਹੁੰਦੀ ਹੈ। ਜਿੱਦਾਂ ਹੀ ਗੁਰੂ ਸਾਹਿਬ ਦੇ ਇਸ ਅਸਥਾਨ ਵੱਲ ਨਜ਼ਰਾਂ ਜਾਂਦੀਆਂ ਤਾਂ ਮਨ ਦੇ ਅੰਦਰ ਇੱਕ ਵੱਖਰਾ ਜੋਸ਼ ਭਰ ਜਾਂਦਾ, ਇੱਕ ਵੱਖਰੀ ਰੂਹਾਨੀਅਤ ਦਾ ਅਹਿਸਾਸ ਹੁੰਦਾ। ਗੁਰੂ ਸਾਹਿਬ ਇਸ ਸਥਾਨ ਤੇ ਅਹਿਸਾਸ ਦਿੰਦੇ ਨੇ, ਲੱਗਦਾ ਹੈ ਕਿ ਗੁਰੂ ਸਾਹਿਬ ਕਿਤੇ ਇੱਥੇ ਹੀ ਹੋਣਗੇ। ਜਿਸ ਧਰਤੀ ਤੇ 29 ਸਾਲ ਤੋਂ ਵੱਧ ਸਮਾਂ ਸਾਡੇ ਬਾਜਾਂ ਵਾਲੇ ਦਸਮ ਪਿਤਾ ਰਹੇ ਹੋਣ, ਉਸ ਅਸਥਾਨ ਤੇ ਕਿੰਨਾ ਅਹਿਸਾਸ ਹੋਵੇਗਾ। ਹਾਲਾਂਕਿ ਕਿਣ ਕਿਣ ਚ ਵੱਸਦਾ ਗੁਰੂ ਦਾ, ਕਿਣ ਕਿਣ ਚ ਵੱਸਦਾ
ਉਹ ਹਰ ਜਗ੍ਹਾ ਤੇ ਮੌਜੂਦ ਹੈ, ਪਰ ਜਦੋਂ ਇਸ ਅਸਥਾਨ ਦੀ ਗੱਲ ਹੁੰਦੀ ਹੈ, ਕਿਉਂਕਿ ਗੁਰੂ ਸਾਹਿਬ ਦਾ ਘਰ ਵੀ ਇਸੇ ਨਗਰੀ ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਦੇ ਵਿੱਚ ਹੈ। 29 ਸਾਲ ਤੋਂ ਵੱਧ ਸਮਾਂ ਗੁਰੂ ਸਾਹਿਬ ਨੇ ਇਸ ਅਸਥਾਨ ਤੇ ਬਿਤਾਇਆ। ਛੋਟੇ ਸਾਹਿਬਜ਼ਾਦਿਆਂ ਦਾ, ਤਿੰਨਾਂ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਇਸੇ ਅਸਥਾਨ ਤੇ ਹੋਇਆ, ਇਸੇ ਸ਼ਹਿਰ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ, ਤਾਂ ਉਹ ਅਸਥਾਨ ਕਿੰਨਾ ਭਾਗਾਂ ਵਾਲਾ ਹੋਵੇਗਾ, ਕਿੰਨਾ ਅਹਿਸਾਸ ਹੋਵੇਗਾ ਇਸ ਅਸਥਾਨ ਤੇ। ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਸ ਪਵਿੱਤਰ ਸਥਾਨ ਤੇ ਆ ਕੇ, ਤਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਤੱਕ ਹਰ ਤਸਵੀਰ ਪਹੁੰਚਾ ਸਕੀਏ, ਕੱਲ ਹਰ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ। ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਮਹੱਲਾ ਕੱਢਣਗੇ, ਜਦੋਂ ਹਾਥੀਆਂ ਘੋੜਿਆਂ ਤੇ ਸਵਾਰ ਹੋ ਕੇ ਗਰਜਦੇ ਹੋਏ ਗੁਰੂ ਦੇ ਸਿੰਘ ਇੱਥੋਂ ਰਵਾਨਾ ਹੋਣਗੇ, ਮਹੱਲਾ ਕੱਢਦੇ ਹੋਏ, ਸਿੰਘ ਸਾਹਿਬ ਉੱਧਰ ਦੀ ਕੱਢ ਲਓ ਜੀ, ਜਦੋਂ ਰਵਾਨਾ ਹੋਣਗੇ, ਜਦੋਂ ਮਹੱਲਾ ਕੱਢਿਆ ਜਾਵੇਗਾ ਇੱਥੋਂ ਜਾ ਕੇ, ਸਤਿ ਸ਼੍ਰੀ ਅਕਾਲ ਜੀ, ਜਦੋਂ ਇੱਥੋਂ ਮਹੱਲਾ ਕੱਢਦਿਆਂ ਜਦੋਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚਣਗੇ ਗੁਰੂ ਦੇ ਸਿੰਘ, ਤੇ ਉੱਥੇ ਖਾਲਸਾਈ ਜਾਹੋ ਜਲਾਲ ਦੇਖਣ ਨੂੰ ਮਿਲੇਗਾ, ਜੰਗਜੂ ਕਰਤਵ ਦੇਖਣ ਨੂੰ ਮਿਲਣਗੇ। ਉਹ ਅਹਿਸਾਸ ਇੱਕ ਵੱਖਰਾ ਹੋਵੇਗਾ, ਦੁਨੀਆ ਭਰ ਦੇ ਵਿੱਚੋਂ ਸੈਲਾਨੀ, ਦੁਨੀਆ ਭਰ ਦੇ ਵਿੱਚੋਂ ਸੰਗਤ ਇੱਥੇ ਪਹੁੰਚਦੀ ਹੈ, ਤੇ ਕੱਲ ਵੀ ਤੁਸੀਂ ਦੇਖੋਗੇ। ਔਰ ਗੁਰੂ ਦਾ ਬਖਸ਼ਿਆ ਬਾਣਾ ਸਜਾਈ ਤੁਹਾਨੂੰ ਅਨੇਕਾਂ ਗੋਰੇ ਸਿੰਘ ਨਜ਼ਰ ਆਉਣਗੇ, ਤਾਂ ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ। ਕੋਸ਼ਿਸ਼ ਕਰਾਂਗੇ ਹਰ ਤਸਵੀਰ ਤੁਹਾਡੇ ਤੱਕ ਪਹੁੰਚਾ ਸਕੀਏ। ਫਿਲਹਾਲ ਮੇਰੇ ਸਹਿਯੋਗੀ ਕੈਮਰਾਮੈਨ ਜਤਿੰਦਰ ਸਿੱਧੂ ਤੇ ਮੈਨੂੰ ਨਪਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।